ਲੁਧਿਆਣੇ ਪਰਸੋਂ ਰਾਤ ਨੂੰ ਭਾਨੇ ਨੂੰ ਸੀਐਸਟਾਫ ਦੇ ਵਿੱਚ ਨੰਗਾ ਕਰਕੇ ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਹੈ ਤੇ ਭਗਵੰਤ ਮਾਨ ਉੱਥੋਂ ਦੇ ਸੀਪੀਓ ਨੂੰ ਕਹਿੰਦਾ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜ ਇਹ ਇਹ ਬੁਚੜਪਣਾ ਨਹੀਂ ਤੇ ਹੋਰ ਕੀ ਆ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਕੁਝ ਦੋਸਤਾਂ ਨੇ ਰਿਕਵੈਸਟ ਕੀਤੀ ਹੈ ਕਿ ਇਸ ਵੀਡੀਓ ਤੇ ਰਿਐਕਸ਼ਨ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਭਾਨੇ ਸਿੱਧੂ ਦੇ ਨਾਲ ਸੀਐਮ ਭਗਵੰਤ ਮਾਨ ਬੜੀ ਜ਼ਿਆਤੀ ਕਰ ਰਿਹਾ ਹੋਇਆ ਹੈ ਭਾਨੇ ਸਿੱਧੂ ਨੂੰ ਪੁਲਿਸ ਨੇ ਫੜ ਕੇ ਠੰਡਾ ਪਾਣੀ ਪਾਇਆ ਹੈ ਨੰਗਾ ਕੀਤਾ ਹੈ ਮਾਰ ਕੁੱਟਾਈ ਕੀਤੀ ਹੈ ਤੇ ਉਹਦੀ ਵੀਡੀਓ ਬਣਾ ਕੇ ਸੀਐਮ ਭਗਵੰਤ ਮਾਨ ਨੂੰ ਸੈਂਡ ਕੀਤੀ ਹੈ। ਪੁਲਿਸ ਨੇ ਭਾਨੇ ਸਿੱਧੂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਵੈ ਇਹ ਅਸੀਂ ਅੱਜ ਦੀ ਵੀਡੀਓ ਵੇ ਜਾਣਾਂਗੇ। ਸੋ ਚੱਲ ਕੇ ਵੀਡੀਓ ਦੇਖਦੇ ਹਾਂ ਇਸੇ ਬਾਰੇ ਜਾਣਦੇ ਆ। ਲੁਧਿਆਣੇ ਪਰਸੋਂ ਰਾਤ ਨੂੰ ਭਾਨੇ ਨੂੰ ਸੀਆਈ ਸਟਾਫ ਦੇ ਵਿੱਚ ਨੰਗਾ ਕਰਕੇ ਇੰਨੀ ਠੰਡ ਆ ਆਪਣੇ ਇੱਥੇ ਐਨੇ ਨੇ ਕੱਪੜੇ ਪਾਏ ਆ ਆਪਣੇ ਹੱਥ ਪੈਰ ਠਰਦੇ ਆ। ਉਹ ਬੰਦੇ ਨੂੰ ਰਾਤ ਨੂੰ ਸੀਆਈ ਸਟਾਫ 'ਚ ਨੰਗਾ ਕਰਕੇ ਬਾਹਰ ਵਿੜੇ ਦੇ ਬੰਨ ਦਿੱਤਾ ਜਾਂਦਾ ਹੈ। ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਹੈ। ਪਵੰਤ ਮਾਨ ਉਥੋਂ ਦੇ ਸੀਪੀਓ ਨੂੰ ਕਹਿੰਦਾ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜ ਇਹ ਇਹ ਬੁੱਚੜਪਣਾ ਨਹੀਂ ਤੇ ਹੋ ਰਹੀ ਆ ਬਹੁਤ ਵੱਡਾ ਭੰਨੇ ਨੇ ਤਾਂ ਕੀ ਨੁਕਸਾਨ ਕਰਤਾ ਐਡਾ ਉਹ ਕੀ ਅੱਤਵਾਦੀ ਆ ਭੰਨਾ ਕੋਈ ਭੰਨਾ ਗੈਂਗਸਟਰ ਆ ਭੰਨੇ ਨੇ ਬਲਾਤ ਕਰਕੇ ਇਹਦਾ ਕੀਤਾ ਕਿਸੇ ਦਾ ਉਹਦੇ ਕੋਲੋਂ ਕੁੱਟ ਕੇ ਕਹਾਇਆ ਗਿਆ ਕਿ ਮੈਂ ਦੁਬਾਰਾ ਭਵੰਤ ਤੇ ਮਾਨ ਦੇ ਖਿਲਾਫ ਨਹੀਂ ਬੋਲੂਗਾ ਇਹ ਇਹ ਇਸ ਲਈ ਲੋਕਾਂ ਨੇ ਚੁਣਿਆ ਸੀ ਯਾਰ ਐਸੇ ਬੀਬੀ ਦੇ ਉੱਤੇ ਜੀਨੇ ਭਾਨੇ ਦੇ ਪਰਚਾ ਕਰਾਇਆ 420 ਦੇ ਮੁਕਦਮੇ ਦਰਜ ਹੋਏ ਵਿਆ ਠੱਗੀ ਦੇ ਕਿੰਨੇ ਲੋਕਾ ਜਨ ਬੋਲ ਰਹੇ ਹੈ ਕਿ ਭਾਨ ਨੇ ਸਾਡਾ 1.5 ਲੱਖ ਮੜਵਾਇਆ ਸਾਡਾ 20 ਮੜਵਾਇਆ ਅਸੀਂ ਦੇਣਾ ਵੀ ਚਾਹੁੰਦੇ ਸੀ ਵੀ ਲੱਖ ਰੁਪਇਆ ਲੈ ਲੈ ਸਾਹੇ ਸਾਹ ਦੇ ਲਾ ਦੇ ਉਹਨੇ ਰੁਪਇਆ ਕਿਹੜਾ 5 ਪੈਸੇ ਚਾਹ ਨਹੀਂ ਪਿੱਤੀ ਗਈ ਇਹ ਇਹ ਬੁਚੜਪਣੇ ਦੀਆਂ ਹੱਦਾਂ ਪਾਰ ਕਰ ਲਿਆ ਭਵੰਤ ਕਿ ਰੱਬ ਦਾ ਖੌਫ ਖਾ ਅੱਤ ਤੇ ਖੁਦਾ ਦਾ ਵੈਰ ਹੁੰਦਾ ਐਨਾ ਹੰਕਾਰ ਚੰਗਾ ਨਹੀਂ ਇਹ ਪਾਵਰਾਂ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਐਨਾ ਨਹੀਂ ਚਾਹੀਦਾ ਐਨਾ ਨਿੱਜੀ ਹੋ ਕੇ ਤੂੰ ਦੁਸ਼ਮਣੀਆਂ ਕੱਢ ਰਿਹਾ ਯਾਰ ਇਸ ਤੋਂ ਬਾਅਦ ਭਾਨਾ ਚ ਲੱਖਾ ਪੈਰ ਪਿੱਛੇ ਪਟੂ ਉਹ ਕਿੰਨੇ ਉਖੜੀ ਸਿਰ ਮੋਹਲਿਆਂ ਦਾ ਕੀ ਡਰ ਜੇ ਕਫਣ ਬੰਨ ਕੇ ਤੁਰੇ ਆ ਤਾਂ ਫਿਰ ਤੁਰੇ ਪਰ ਅਪੀਲ ਆ ਲੋਕਾਂ ਨੂੰ ਕਿ ਜਾਣ ਤੋਂ ਬਾਅਦ ਨਾ ਗੱਲਾਂ ਚੀਚਾ ਕਰਿਆ ਕਰੋ ਜੌਂਦੇ ਜੀ ਨਾਲ ਖੜਾ ਜੌਂਦੇ ਜੀ ਨਾਲ ਖੜਾ ਕਰੋ ਬਿਲਕੁਲ ਭਾਨੇ ਦੇ ਲਈ ਯਾਤਰਾ ਰੋਕਣੀ ਵੀ ਰੋਕੋਗੇ ਬਿਲਕੁਲ ਰੋਕ ਰਹੇ ਆ ਯਾਤਰਾ ਹੀ ਰੋਕ ਰਹੇ ਆ ਰੋਕ ਕੇ ਉਧਰ ਜ਼ੋਰ ਲਾਵਾਂਗੇ ਤਾਂ ਹੁਣ ਭਾਨੇ ਦੇ ਲਈ ਫਿਰ ਲੱਖਾ ਸਦਾਨਾ ਕੀ ਕਰੂ 27 ਤਰੀਕ ਨੂੰ ਉਹਦੇ ਪਿੰਡ ਵੱਡਾ ਇਕੱਠ ਰੱਖਿਆ ਕੋਟ ਦੁਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹਦਾ ਜ਼ਮੀਰਾਂ ਚੋਂ ਆਉਂਦੀਆਂ ਹੈਗੀਆਂ ਜਾਗਦੀਆਂ ਤਾਂ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਪਿਛਲੇ ਦਿਨੀ ਭਾਨੇ ਸਿੱਧੂ ਦੇ ਉੱਪਰ ਪਰਚਾ ਦਰਜ ਹੁੰਦਾ ਹੈ ਤੇ ਬੀਤੇ ਕੱਲ ਲੱਖੇ ਸਿਧਾਣੇ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾਂਦੇ ਆ ਕੇ ਭਾਨੇ ਦੇ ਉੱਪਰ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਹੋਇਆ ਇਹ ਸਭ ਜਾਣਨ ਦੇ ਲਈ ਪਹੁੰਚੇ ਆ ਲੱਗੇ ਜਬ ਤੋਂ ਪਹਿਲਾਂ ਤਾਂ ਜਿਹੜੀਆਂ ਚੀਜ਼ਾਂ ਗੱਲ ਰਾਤ ਸੀ ਜਿਹੜੇ ਖੁਲਾਸੇ ਕੀਤੇ ਮੈਂ ਚਾਹਾਂਗਾ ਜਿਹੜਾ ਖੁੱਲ ਕੇ ਉਹਦੇ ਬਾਰੇ ਦੱਸਿਓ ਕਿਉਂਕਿ ਕੋਈ ਐਡੀ ਵੱਡੀ ਧਾਰਾ ਜਿਹੜੀ ਲੱਕੇ ਨਹੀਂ ਲੱਗੀ 10000 ਦੀ ਜਿਹੜੀ ਹੈਗੀ ਆ ਫਰੋਤੀ ਮੰਗਣ ਦੇ ਇਲਜ਼ਾਮ ਲੱਗੇ ਨੇ ਕਿ ਭਾਈ ਧਮਕੀ ਦਿੱਤੀ ਆ ਤੇ ਤੁਸੀਂ ਕੱਲ ਬੜਾ ਕੁਝ ਆਖ ਦਿੱਤਾ ਕਿ ਤਸ਼ੱਦਦ ਕੀਤੇ ਗਏ ਜਿਹੜਾ ਹੈਗਾ ਅਲਫਨੰਗਾ ਜਿਹੜਾ ਉਹਨੂੰ ਕੀਤਾਗਾ ਬਹੁਤ ਕੁਝ ਕਿਹਾ ਇੱਥੇ ਲੋਕਾਂ ਨੇ ਕੈਪਟਨ ਨੂੰ ਬਹੁਤ ਕੁਝ ਕਿਹਾ ਵੀ ਇਹ ਹਾਜਾਸ਼ ਅਰੂਸਾ ਨੂੰ ਰੱਖੀ ਫਿਰਦਾ ਬੜਾ ਕੁਛ ਹੋਇਆ ਹੂੰ ਉਹਨੇ ਲੋਕਾਂ ਤੇ ਕਿੰਨਾ ਕੁ ਐਸ ਲੋਟ ਕੀਤਾ ਜਿੰਨਾ ਜਿਹੜੀ ਗੱਲ ਤੇ ਇਹ ਉੱਤਰਿਆ ਖੜਾ ਹੂੰ 384 ਦਾ ਮੁਕੱਦਮਾ ਇੱਕ ਜਿਹੜੀ ਠੱਗ ਕੋਈ ਹੈਗੀ ਆਗੀ ਏਜੰਟ ਉਹਦੇ ਵੱਲੋਂ ਜਿੱਦੇ 420 ਦੇ ਮੁਕੱਦਮੇ ਦਰਜ ਨੇ ਪਹਿਲਾਂ ਉਹਦੇ ਵੱਲੋਂ ਪਰਚਾ ਦਰਜ ਕਰਾਇਆ ਜਾਂਦਾ ਭਾਨੇ ਨੂੰ ਚੱਕ ਲਿਆ ਜਾਂਦਾ ਪਹਿਲਾਂ ਧੌਲੇ ਥਾਣੇ 'ਚ ਬੁਲਾਇਆ ਜਾਂਦਾ ਵੀ ਤੇਰੀ ਜਾਨ ਨੂੰ ਖਤਰਾ ਹੈ ਫਿਰ ਉਥੋਂ ਲੁਧਿਆਣੇ ਦੇ ਦਿੱਤਾ ਜਾਂਦਾ ਲੁਧਿਆਣੇ ਪਰਸੋਂ ਰਾਤ ਨੂੰ ਭਾਨੇ ਨੂੰ ਸੀਆਈ ਸਟਾਫ ਦੇ ਵਿੱਚ ਨੰਗਾ ਕਰਕੇ ਇੰਨੀ ਠੰਡਾ ਆਪਣੇ ਇੱਥੇ ਇੰਨੇ ਨੇ ਕੱਪੜੇ ਪਾਏ ਆ ਆਪਣੇ ਹੱਥ ਪੈਰ ਠਰਦੇ ਆ ਉਹ ਬੰਦੇ ਨੂੰ ਰਾਤ ਨੂੰ ਸੀਆਈ ਸਟਾਫ 'ਚ ਨੰਗਾ ਕਰਕੇ ਬਾਹਰ ਵਿੜੇਜ ਬੰਨ ਦਿੱਤਾ ਜਾਂਦਾ ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਤੇ ਭਵੰਤਮਾਨ ਉੱਥੋਂ ਦੇ ਸੀਪੀ ਨੂੰ ਕਹਿੰਦਾ ਕਿ ਮੈਨੂੰ ਇਹਦੀ ਵੀਡੀਓ ਬਣਾ ਕੇ ਭੇਜ ਇਹ ਇਹ ਬੁੱਚੜਪਣਾ ਨਹੀਂ ਤੇ ਹੋਰ ਕੀ ਆ ਇਹ 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 ਜਿਹੜਾ ਹੈਗਾ ਵਰਤਾਰਾ ਇਹ ਕਿੰਨਾ ਗਾਰਮਨੁੱਖੀ ਵਰਤਾਰਾ ਆਪਾਂ ਗੱਲ ਕਰਦੇ ਰਹੇ ਆ 80 90 ਦੇ ਦਹਾਕੇ ਦੇ ਦੌਰ ਦੀ ਗੱਲ ਕਰਦੇ ਆ ਕਿ ਉਦੋਂ ਥਾਣਿਆਂ ਦੇ ਵਿੱਚ ਨੰਗੇ ਕਰਕੇ ਆਪਾਂ ਹੁਣੇ-ਹੁਣੇ ਘਟਨਾ ਸਾਡੇ ਸਾਹਮਣੇ ਇੱਕ ਸਾਹਮਣੇ ਆਈ ਹੈ ਕਿ ਜਿਹੇਦਾਰ ਗੁਰਦੀਪ ਸਿੰਘ ਕੌਕੇ ਕਿਵੇਂ ਠੰਡੇ ਰਾਤਾਂ ਦੇ ਵਿੱਚ ਬਾਹਰ ਨੰਗਾ ਕਰਕੇ ਸੱਟ ਕੇ ਕੁੱਟ ਕੇ ਸੱਟ ਦਿੱਤਾ ਜਾਂਦਾ ਸੀ ਕਿਵੇਂ ਛੱਡੇ ਪਾੜ ਦਿੱਤੇ ਜਾਂਦੇ ਸੀ ਕੀ ਇੱਕ ਭਾਨਾ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਲਈ ਐਡਾ ਖਤਰਾ ਖੜਾ ਹੋ ਗਿਆ ਕਿ ਮੁੱਖ ਮੰਤਰੀ ਉੱਥੋਂ ਦੇ ਸੀਪੀ ਨੂੰ ਕਹੇ ਕਿ ਮੈਨੂੰ ਇਹਦੀ ਨੰਗੇ ਕਰਕੇ ਇਹਦੀ ਕੁੱਟ ਕੇ ਤੇ ਮੈਨੂੰ ਵੀਡੀਓ ਬਣਾ ਕੇ ਭੇਜ ਉਹਦੇ ਕੋਲੋਂ ਕੁੱਟ ਕੇ ਕਹਾਇਆ ਗਿਆ ਕਿ ਮੈਂ ਦੁਬਾਰਾ ਭਵੰਤ ਤੇ ਮਾਨ ਦੇ ਖਿਲਾਫ ਨਹੀਂ ਬੋਲੂੰਗਾ ਇਹ ਇਹ ਇਸ ਲਈ ਲੋਕਾਂ ਨੇ ਚੁਣਿਆ ਸੀ ਯਾਰ ਮੈਂ ਗੱਲ ਕਹਿਣਾ ਚਾਹੁੰਦਾ ਆ ਪਿੰਡ ਦੇ ਲੋਕ ਖੜੇ ਨੂੰ ਪੁੱਛਿਓ ਅਸੀਂ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋਣਾ ਚਾਹੀਦਾ ਰੋਜ਼ ਮਾਮਾ ਦੇ ਪੁੱਤ ਮਰਦੇ ਆ ਅਸੀਂ ਜਿੰਨਾ ਪਿੰਡਾਂ 'ਚ ਵੀ ਜਾਣਿਆ ਕਿਤੇ 5 ਮਰੇ ਕਿਤੇ 7 ਮਰੇ ਕਿਤੇ 10 ਮਰੇ ਆ ਰਾਮਸਰ ਵਾਲੇ ਦੱਸਿਓ ਬਾਈ ਤੁਹਾਡੇ ਚਿੱਟੇ ਦੇ ਕੀ ਹਾਲਾਤ ਆ ਪਿੰਡ ਵਾਲੇ ਦੱਸਿਓ ਬਾਈ ਉਧਰ ਨੂੰ ਕਮਾਲਾ ਬਾਈ ਕੈਮਰਾ ਬਹੁਤ ਮਾੜੇ ਆ ਜੀ ਬਹੁਤ ਮਾੜੇ ਹਾਂਜੀ ਬਹੁਤ ਮਾੜੇ ਆ ਜੀ ਘਰ ਘਰ ਬੱਚੇ ਨੂੰ ਨੁਕਸਾਨ ਹੋ ਰਿਹਾ ਹੈ ਇਹ ਸਹੀ ਗੱਲ ਹੈ ਇਹ ਕੋਈ ਮਾੜੀ ਗੱਲ ਨਹੀਂ ਹੈ ਤੁਸੀਂ ਤੁਸੀਂ ਗੱਲ ਕਰ ਰਹੇ ਆ ਨਾ ਇਹ ਸਵਾਲ ਪਹੁੰਚਦੇ ਆ ਵੀ ਭਵੰਸਿਆ ਤੂੰ 4 ਹਫ਼ਤਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਕਰਨ ਦੀ ਗੱਲ ਕਰਦਾ ਸੀ 2 ਸਾਲ ਹੋ ਗਏ ਕਿਉਂ ਨਹੀਂ ਹੋਇਆ ਅਸੀਂ ਸਵਾਲ ਪੁੱਛਦੇ ਆਂ ਭਾਨਸਿਆ ਤੂੰ ਕਹਿੰਦਾ ਸੀਗਾ ਮੈਂ ਵੀਆਈਪੀ ਕਲਚਰ ਖਤਮ ਕਰ ਦੂੰਗਾ ਇਹਨਾਂ ਦੀਆਂ ਬਾਦਲਾਂ ਦੀਆਂ ਦੂਜੇ ਲੀਡਰਾਂ ਦੀਆਂ ਟੈਂਕੀਆਂ ਤੇ ਬੱਸਾਂ ਦੇ ਫੋਟ ਮੈਂ ਅੱਜ ਤੂੰ 800 ਕਰੋੜ ਰੁਪਈਆ ਕੱਦ ਲਈ ਰੱਖਿਆ ਤੂੰ ਮਸ਼ਹੂਰੀਆਂ ਦੇ ਉੱਤੇ ਐਡਾਂ ਦੇ ਉੱਤੇ ਬਾਹਰਲੇ ਚੈਨਲਾਂ ਨੂੰ ਅਖਬਾਰਾਂ ਨੂੰ ਇਸ਼ਤਿਹਾਰ ਦੇਣ ਲਈ ਆਪ ਖਰੀਦੇ ਹੋਏ ਚੈਨਲਾਂ ਤੇਰੇ ਕੋਲੇ ਜੇ ਕੋਈ ਨਹੀਂ ਤੇਰੇ ਲੋਟ ਆਉਂਦਾ ਕਾਬੂ ਆਉਂਦਾ ਕੋਈ ਪੱਤਰਕਾਰ ਕੋਈ ਚੈਨਲ ਉਹਦੇ ਉੱਤੇ ਤੂੰ ਪਰਚੇ ਵੀ ਕਰਾਏ ਐ ਉਹਨਾਂ ਦੇ ਚੈਨਲ ਵੀ ਬੰਦ ਕਰਾਤੇ ਸਾਡੇ ਇਹ ਉਹ ਤਮਾਮ ਸੰਵਾਲ ਨੇ ਉਹਨਾਂ ਦੇ ਵਿੱਚੋਂ ਕਦੇ ਮੇਰੇ ਦੇ ਚਿੱਟੇ ਦਾ ਪਰਚਾ ਤਰਨ ਤਰਨ ਦਿੱਤਾ ਗਿਆ ਥੋੜੇ ਸਾਹਮਣੇ ਆ ਸੁਖਪਾਲ ਸਿੰਘ ਖਹਿਰੇ ਨੂੰ ਬੰਦ ਕੀਤਾ ਗਿਆ ਉਹਦੀ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਦਿੱਲੀ ਤੋਂ ਜਿਹੜੇ ਵਕੀਲ 1 ਘੰਟੇ ਦੀ 15-15 ਲੱਖ ਰੁਪਏ ਫੀਸ ਲੈਂਦੇ ਆ ਜਦੋਂ ਕਿ ਇਹਨਾਂ ਕੋਲੇ ਆਪਣੇ ਕੋਲ 2-250 ਵਕੀਲ ਆ ਸਰਕਾਰੀ ਉਹਨਾਂ ਨੂੰ ਛੱਡ ਕੇ ਉਹ ਵਕੀਲ ਖੜੇ ਕੀਤੇ ਵੀ ਖਹਿਰਾ ਬਾਹਰ ਨਾ ਜਾਏ ਉਹਦੇ ਜਿਹੜੀ ਉਹਦੀ ਉਹਦੀ ਬੈਰਕ ਸੀਗੀ ਉਹਦੇ ਉੱਤੇ ਕੈਮਰਾ ਲਾਇਆ ਗਿਆ ਵੀ ਖਹਿਰਾ ਕਦੋਂ ਖਾਂਦਾ ਕਦੋਂ ਉੜਦਾ ਕਦੋਂ ਪੈਂਦਾ ਕਦੋਂ ਕੀ ਟੇਢਾ ਪੈਂਦਾ ਸਿੱਧਾ ਪੈਂਦਾ ਕੱਲੀ-ਕੱਲੀ ਹਰਕਤ ਉਹਦੀ ਉੱਥੇ ਬੈਠਾ ਦੇਖ ਰਿਆ ਸੀ ਇਹ ਮੁੱਖ ਮੰਤਰੀ ਦਾ ਪਦਰਾ ਯਾਰ ਅੱਜ ਤੂੰ ਐ ਅੱਜ ਤੂੰ ਐ ਕੱਲ ਨੂੰ ਕੋਈ ਹੋਰ ਹੋਣਾ ਤੂੰ ਦੁਸ਼ਮਣੀਆਂ ਤੂੰ ਕਿਹੜਾ ਕੱਢ ਰਿਹਾ ਇਸ ਤਰੀਕੇ ਨਾਲ ਨਾਲ ਯਾਰ ਭਾਨੇ ਨੇ ਤਾਂ ਕੀ ਨੁਕਸਾਨ ਕਰਤਾ ਐਡਾ ਉਹ ਕੀ ਅੱਤਵਾਦੀ ਆ ਭਾਨਾ ਕੋਈ ਭਾਨਾ ਗੈਂਗਸਟਰ ਆ ਭਾਨਨੇ ਬਲਾਤ ਕਰਕੇ ਇਹਦਾ ਕੀਤਾ ਕਿਸਦਾ ਉਹ 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 ਤਾਂ ਜਿਹੜੇ ਸਰਕਾਰ ਦੇ ਕੰਮ ਸੀ ਲੱਖਾਂ ਨਹੀਂ ਕਰੋੜਾਂ ਰੁਪਇਆ ਭਾੰਦੇ ਨੇ ਏਜੰਟਾਂ ਤੋਂ ਕਢਾਇਆ ਇਹ ਕੰਮ ਸਰਕਾਰ ਦੇ ਆ ਕਿ ਭਾੰਦੇ ਦੇ ਕਿ ਸਾਡੇ ਆ ਕੈ ਸਾਲ ਹੋ ਗਏ ਕਿੰਨੀਆਂ ਸਰਕਾਰਾਂ ਰਹੀਆਂ ਹਰ ਸਰਕਾਰ ਦੇ ਵਿੱਚ ਤੁਸੀਂ ਦੇਖਿਆ ਕਿੰਨੇ ਲੋਕਾਂ ਨਾਲ ਅਰਬਾਂ ਰੁਪਏ ਦੀ ਠੱਗੀ ਬੱਜੀ ਆ ਪੰਜਾਬ 'ਚ ਜਿਹੜਾ ਵੀ ਬੰਦਾ ਕੋਈ ਲੀਡਰਾਂ ਕੋਲੇ ਜਾਂਦਾ ਉਹ ਕਿਹਨਾਂ ਸਾਨੂੰ ਕਿਹੜਾ ਪੁਸ਼ਕੀ ਦਿੱਤੇ ਸੀ ਪੁਲਿਸ ਕੋਲੇ ਜਾਂਦਾ ਉੱਥੇ ਸੁਣਵਾਈ ਨਹੀਂ ਜੇ ਭਾੰਦੇ ਨੇ ਸਾਡੇ ਕੋਲ ਰਿਕਾਰਡ ਪਿਆ ਵੀ 1 ਕਰੋੜ 60 ਲੱਖ ਰੁਪਇਆ ਲੋਕਾਂ ਦਾ ਵਾਪਸ ਕਰਾਇਆ ਉਹ ਚੱਕ ਕੇ ਉਸੇ ਪਰਚੇ ਚ ਅੰਦਰ ਬੰਦ ਕਰਤਾ ਤੇ ਰੇਂਦਾ ਖੁੰਦਾ ਉਹਨੂੰ ਜਰੀਲ ਕੀਤਾ ਗਿਆ ਇਸ ਤਰੀਕੇ ਦੇ ਨਾਲ ਯਾਰ ਜਿਹੜੇ ਸਵਾਲਾਂ ਲਈ ਤੁਸੀਂ ਗੱਲ ਕਰਦੇ ਹੋ ਇਹਨਾਂ ਸਵਾਲਾਂ ਤੋਂ ਕੀ ਡਰ ਹੋ ਸਕਦਾ ਕਿ ਜਿਵੇਂ ਤੁਸੀਂ ਕਹੇਗੇ ਭਗਵੰਤ ਸਿੰਘ ਮਾਨ ਨੂੰ ਸਵਾਲ ਪਸੰਦ ਨਹੀਂ ਪਰ ਭਗਵੰਤ ਸਿੰਘ ਮਾਨ ਉਹ ਲੀਡਰ ਆ ਜਿਹੜੇ ਇਹਨਾਂ ਲੋਕਾਂ ਦੇ ਵਿੱਚ ਆ ਕੇ ਕਹਿੰਦੇ ਹੁੰਦੇ ਸੀ ਕਿ ਸਵਾਲ ਪੁੱਛਿਆ ਕਰੋ ਇਹਨਾਂ ਲੀਡਰਾਂ ਤੋਂ ਹੀ ਲੀਡਰ ਤੁਹਾਡੀਆਂ ਵੋਟਾਂ ਦੇ ਨਾਲ ਬਣਦੇ ਫਿਰ ਤੁਹਾਨੂੰ ਕਿਉਂ ਲੱਗਦਾ ਕਿ ਇਹ ਸਵਾਲ ਭਗਵੰਤ ਸਿੰਘ ਮਾਨ ਨੂੰ ਪਸੰਦ ਨਹੀਂ ਦੱਸੋ ਬਈ ਪਿੰਡ ਵਾਲੇ ਪੰਤ ਨੂੰ ਹੁਣ ਖੜਨ ਦੇਵੋਗੇ ਕਿਤੇ ਉਹ ਤਾਂ ਸਕਿਉਰਟੀ ਵਾਲੀ ਲੈ ਕੇ ਆਉਂਦਾ ਉਹ ਕੁਲੀਬਲੀ ਲੱਗ ਸਕਦਾ ਇਹ ਉਹੀ ਲੋਕ ਨੇ ਨਾ ਜਿਨ੍ਹਾਂ ਦੇ ਅੱਖਾਂ ਦਾ ਤਾਰਾ ਸੀ ਭਵੰਤਮਾਨ ਸਿਰ ਤੇ ਬਿਠਾਇਆ ਸੀ ਲੋਕਾਂ ਨੇ ਕਦੀ ਇਹਨੂੰ ਵੱਡਾ ਮੇਲਾ ਹੁੰਦਾ ਸੀ ਪਹਿਲੇ 40 ਸਾਲ ਤੋਂ ਤੇ ਅੱਜ ਪਿੰਡ 'ਚ ਵੱੜ ਕੇ ਦਿਖਾਵੇ ਕਿਉਂ ਕੀਤਾ ਗੱਲਾਂ ਦਾ ਕੜਾਹ ਬਣਾ ਬਣਾ ਲੋਕਾਂ ਨੂੰ ਦੇ ਗਿਆ ਕਿਹੜਾ ਫਾਇਦਾ ਕਿਹੜਾ ਪੰਜਾਬ ਦੀ ਗੱਲ ਕਰਦਾ ਯਾਰ ਉਹ ਤਾਂ ਦੱਸੋ ਨਾ ਮਸਲਾ ਇਸ ਗੱਲ ਦਾ ਇਸੇ ਕਰਕੇ ਮੈਂ ਤੁਹਾਨੂੰ ਉਸੇ ਦਿਨ ਕਹਦਾ ਸੀ ਪਹਿਲੇ ਦਿਨ ਜਿੱਦਿਆ ਆਪਾਂ ਤੁਰੇ ਆ ਮੈਂ ਕਿਸੇ ਵੀ ਤਰੀਕੇ ਨਾਲ ਸਾਡੀ ਯਾਤਰਾ ਰੋਕਣਗੇ ਖੱਲ ਪਾਉਣਗੇ ਇੱਕ ਉਹ ਕਰਤਾ ਪਾਨਾ ਰੋਜ ਪ੍ਰਚਾਰ ਕਰਦਾ ਸਾਡੇ ਨਾਲ ਸਾਡੀ ਟੀਮ ਦਾ ਮੈਂਬਰ ਆ ਸਾਡਾ ਭਰਾ ਛੋਟਾ ਐਥੋਂ ਚੱਕ ਕੇ ਲਿਜਾ ਕੇ ਉਹ ਚੱਕ ਕੇ ਸਿਰਤਾ ਹੋਸਲਾ ਆਨਲਾਈਨ ਦੇਣਾ ਚ ਮੇਰੇ ਤੋਂ ਕੋਈ ਪਰਚਾ ਖੋਲ ਕੇ ਅੰਦਰ ਦੇ ਦੇਣ ਤਾਂ ਹੁਣ ਪਾਨੇ ਦੇ ਲਈ ਫਿਰ ਲਖਾ ਸਦਾਨਾ ਕੀ ਕਰੂ 27 ਤਰੀਕ ਨੂੰ ਉਹਦੇ ਪਿੰਡ ਵੱਡਾ ਇਕੱਠ ਰੱਖਿਆ ਕੋਟ ਦੋਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਹਦਾ ਜ਼ਮੀਰਾਂ ਜਾਉਂਦੀਆਂ ਹੈਗੀਆਂ ਜਾਗਦੀਆਂ ਸਾਡੇ ਨਾਲ ਖੜ੍ਹ ਜਿਓ ਆ ਕੇ ਨਹੀਂ ਬਸ ਠੀਕ ਆ ਮਗਰ ਉਹ ਜਿਹੜਾ ਸਾਡੇ ਵਰਗਾ ਕੋਈ ਮਰ ਜਾਂਦਾ ਉਦੋਂ ਵਾਰ ਭੋਗ ਤੇ ਇਕੱਠ ਕਰ ਲੈਨੇ ਹੋ ਜਦੋਂ ਅੰਦਰ ਚੱਕ ਸਿਰਦ ਹੁੰਦਾ ਪਰ ਉਹਦੇ ਹੱਕ ਚ ਪੋਸਟਾਂ ਪਾ ਕੇਲਾ ਦੁੱਖ ਜाहਰ ਕਰ ਦਿੰਨੇ ਹੋ ਜਿਉਂਦੇ ਜੀ ਜਦੋਂ ਲੋਡ ਹੁੰਦੀ ਹੈ ਉਦੋਂ ਅਸੀਂ ਬਾਈ ਆਉਂਦੇ ਨਹੀਂ ਤੇ ਜੇ ਭਾਨੇ ਦੇ ਲਈ ਯਾਤਰਾ ਰੁਕਣੀ ਵੀ ਰੋਕੋਗੇ ਬਿਲਕੁਲ ਰੋਕ ਰਹੇ ਆ ਯਾਤਰਾ ਸੀ ਰੋਕ ਰਹੇ ਆ ਰੋਕ ਕੇ ਉਧਰ ਜ਼ੋਰ ਲਾਵਾਂਗੇ ਕੋਸ਼ਿਸ਼ ਤਾਂ ਇਹਨਾਂ ਦੀ ਇਹੀ ਰਹੀ ਹੈ ਨਾ ਵੀ ਕਿਸੇ ਨਾ ਤਰੀਕੇ ਨਾਲ ਰੁਕਿਆ ਜਾਵੇ ਖੜਲ ਪਾਇਆ ਜਾਵੇ ਰੁਕਾਵਟ ਪਾਈ ਜਾਵੇ ਆਹ ਦੇਖੋ ਤੁਸੀਂ ਇੱਧਰ ਮੇਰਾ ਵੀਰ ਕੈਮਰਾ ਘਮਾ ਦੇ ਮੈਂ ਆਰਾਮਸਰੇ ਪਿੰਡ ਖੜਾ ਆ ਸਾਰੇ ਘਮਾ ਦੇ ਕੈਮਰਾ ਠੰਡ ਦਾ ਮਹੀਨਾ ਹੈ ਠੋਠਰ ਕਰੀ ਜਾਂਦੇ ਆ ਇਹ ਵਿਚਾਰੇ ਦੋ ਕਾਹ ਕੰਟਾਂ ਐ ਡੀਕਦੇ ਆ ਬਾਈ ਦੋ ਘੰਟੇ ਡੀਕਦੇ ਆ ਇਹੀ ਖਤਰਾ ਇਹੀ ਸੀਆਈਡੀ ਦੀ ਇੰਟੈਲੀਜੈਂਸ ਦੀ ਰਿਪੋਰਟ ਜਾਂਦੀ ਹੈ ਇਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਤੇ ਤੂੰ ਵੀ ਯਾਰ ਤੈਨੂੰ ਲੋਕਾਂ ਨੇ ਚੁਣਿਆ ਹਨਾ ਅਸੀਂ ਕਹਿੰਨੇ ਤੈਨੂੰ ਲੋਕਾਂ ਨੇ ਚੁਣਿਆ ਸੀ ਤੂੰ ਲੋਕਾਂ ਦੇ ਕੰਮ ਕਰਦਾ ਮੈਂ ਇਹਨਾਂ ਪਿੰਡਾਂ ਜਾ ਰਿਹਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੇਰੇ ਨਾਲ ਤੁਰੋ ਮੈਂ ਕਹਿੰਦਾ ਮੈਂ ਜਿਹੜੀ ਗੱਲ ਕਹਿਣਾ ਉਹ ਸੁਣ ਲਓ ਮੇਰੇ ਕੋਲੇ ਨਾ ਤਾਂ ਤੁਹਾਡੇ ਕੋਲ ਦਿਲ ਨੂੰ ਸਲੰਡਰ ਹੈ ਨਾ ਦੇਣ ਨੂੰ ਹਜ਼ਾਰ-ਹਜ਼ਾਰ ਰੁਪਏ ਖਾਤਿਆਂ 'ਚ ਹੈ ਮੈਂ ਤਾਂ ਤੁਹਾਡਾ ਭਾਈਚਾਰਾ ਏਕਾ ਕੈਮ ਕਰਨਾ ਹੈ ਜਿਹੜਾ ਪਿੰਡਾਂ ਦੇ ਵਿੱਚ ਆਪਾਂ ਗੁਰਦੁਆਰੇ ਜਾਤਾਂ ਨੇ ਨੌ ਤੇ ਸਿਵੇ ਜਾਤਾਂ ਨੇ ਨੌ ਤੇ ਬਣਾਈ ਬੈਠੇ ਆ ਮੈਂ ਕਹਿੰਦਾ ਉਹ ਇੱਕ ਕਰੋ ਜਿਹੜਾ ਵੀ ਕੋ ਸਾਡੇ ਪਿੰਡ ਦਾ ਗਰੀਬ ਬੰਦਾ ਹੈ ਸੰਗਰਾਹਾਂਦ ਵਾਲੇ ਦਾ 100-100 ਰੁਪਿਆ ਕੱਢਿਆ ਕਰੋ ਕੋਈ ਗਰੀਬ ਬੰਦਾ ਬਿਨਾਂ ਲਾਜ ਤੋਂ ਮਰਦਾ ਲਾਜ ਕਰਾਓ ਕੋਈ ਗਰੀਬ ਬੰਦਾ ਬਿਨਾਂ ਘਰ ਤੋਂ ਬੈਠਾ ਦਾ ਘਰ પાਕੇ ਦਿਓ ਮੈਂ ਇਹ ਕਹਿੰਦਾ ਫਿਰਦਾ ਆਪਣੀ ਬੋਲੀ ਬਚਾਓ ਆਪਣੇ ਪਾਣੀ ਸੰਭੋ ਆਪਣੇ ਇਤਿਹਾਸ ਨੂੰ ਸੰਭਲੋ ਬਾਹਰ ਨਾ ਭੱਜੋ ਇੱਥੇ ਰਹਿ ਕੇ ਆਪਣੀਆਂ ਜ਼ਮੀਨਾਂ ਸੰਭਾਲ ਲਓ ਠੀਕ ਹੈ ਬਾਹਰੋਂ ਕਮਾਈ ਕਰਕੇ ਵਾਪਸ ਇੱਥੇ ਮੁੜ ਕੇ ਆਓ ਨਸ਼ਿਆਂ ਤੋਂ ਬਚੋ ਇਹ ਸਾਰੇ ਉਹ ਮੈਂ ਹੁੱਕ ਹੋਰ ਮੈਂ ਉਹਨੂੰ ਇਹ ਨਹੀਂ ਕਹਿੰਦਾ ਫਿਰਦਾ ਮੇਰੇ ਨਾਲ ਜੁੜ ਜਿਵੇਂ ਆ ਦੂੰ ਆ ਦੂੰ ਨਾ ਲਾਰੇ ਆ ਨਾ ਮੇਰੇ ਕੋਲ ਵਾਦੇ ਆ ਫੋਕੀਆਂ ਗੱਲਾਂ ਮੇਰੇ ਕੋਲ ਹੈ ਨਹੀਂ ਮੈਂ ਤਾਂ ਆਉਣ ਵਾਲੇ ਖਤਰੇ ਬਾਰੇ ਸੁਚੇਤ ਕਰਦਾ ਫਿਰਦਾ ਵੀ ਭਾਈ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਕੀ ਆ ਕਿਵੇਂ ਤੁਹਾਨੂੰ ਕਾਬੂ ਕਰਨਗੇ ਨਿਊ ਐਜੂਕੇਸ਼ਨ ਪਾਲਿਸੀ ਕੀ ਆ ਉਹ ਕਿਵੇਂ ਖਤਰਨਾਕ ਆ ਕਿਵੇਂ ਸਾਡੇ ਜਵਾਕਾਂ ਨੂੰ ਬੋਲੀ ਵਿਰਸੇ ਤੋਂ ਇਤਿਹਾਸ ਤੋਂ ਦੂਰ ਕਰੂਗੀ ਇਹ ਸਾਰੀਆਂ ਗੱਲਾਂ ਮੈਂ ਦੱਸਦਾ ਫਿਰਦਾ ਪਿੰਡ ਪਿੰਡ ਜਾਂਦਾ ਫਿਰਦਾ ਤੇ ਕੈਸ ਸਾਲ ਦਾ ਮੈਂ ਕਲਪਦਾ ਫਿਰਦਾ ਅੱਜ ਮੈਂ ਯਾਤਰਾ ਤੇ ਨਿਕਲਿਆ ਤੇ ਸਿਰਫ ਇਸ ਕਰਕੇ ਕਿ ਲੋਕਾਂ ਦੇ ਜਿਹੜੀ ਗੱਲ ਹੈ ਲੋਕਾਂ ਨੂੰ ਸੁਣਦਾ ਵੀ ਆ ਲੋਕ ਸਵਾਲ ਵੀ ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮੈਨੂੰ ਸਵਾਲ ਬਹੁਤ ਆਪਣਾ ਜਸ ਆਇਆ ਪਿੰਡਾਂ ਚੋਂ ਉਹ ਕਹਿੰਦੇ ਭਾਈ ਸਾਡੇ ਪਿੰਡਾਂ ਚ ਇੱਕ ਚੋਂ ਚਰਚਾ ਚੱਲਦੀ ਹੈ ਕੋਈ ਤਾਂ ਕਹਿੰਦਾ ਜੀ ਇਹ ਭਵੰਤਰਾ ਛੱਡਿਆ ਹੋਇਆ ਅੰਦਰ ਖਾਤੇ ਭਵੰਤਰਾ ਮਿਲਿਆ ਹੋਇਆ ਕੋਈ ਕਹਿੰਦਾ ਇਹ ਬਾਦਲਾਂ ਦਾ ਛੱਡਿਆ ਹੋਇਆ ਹੈ ਪਤਾ ਨਹੀਂ ਬਾਦਲਾਂ ਤੋਂ ਪੈਸੇ ਲੈ ਕੇ ਬਹਿ ਜਾਊਗਾ ਪਤਾ ਨਹੀਂ ਉਹਨਾਂ ਨੂੰ ਖਰਚਾ ਲੈ ਕੇ ਤੁਰਿਆ ਫਿਰਦਾ ਕੋਈ ਕਹਿੰਦਾ ਇਹ ਕਾਂਗਰਸੀਆਂ ਨਾਲ ਹੈ ਕੋਈ ਕਹਿੰਦਾ ਏਜੰਸੀਆਂ ਦਾ ਬੰਦਾ ਹੈ ਇਹੀ ਗੱਲ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਪ੍ਰਾਪੇ ਗੰਡਾ ਕਰੇ ਖੈਰੇ ਦੇ ਖਿਲਾਫ ਵੀ 19 ਚ ਹੋਇਆ ਸੀ ਵੀ ਇਹ ਇਹ ਤਾਂ ਹਰ ਸਿਮਰਤ ਨੂੰ ਇਹਦਾ ਉਹਨਾਂ ਨੇ ਖੜਾ ਕੀਤਾ ਇਹ ਪ੍ਰਪਾਗੈਂਡਾ ਮੋੜ ਚੋਣ ਚ ਵੀ ਹੋਇਆ ਸੀ ਮੇਰੇ ਖਿਲਾਫ ਕਿ ਇਹਦਾ ਜੀ ਜਿਤਾ ਦੂਗਾ ਬਾਦਲਾ ਨੂੰ ਜਮੀਤ ਬੜਾ ਨੂੰ ਜਿਤਾਊਗਾ ਚੜੂ ਦੀ ਵੋਟ ਤੋੜੂਗਾ ਉਥੇ 20000 ਵੋਟ ਪਈ ਜਮੀਤ ਨੂੰ ਮੈਨੂੰ ਪਈ 29000 ਅੱਜ ਵੀ ਇਹ ਪ੍ਰਪਾਗੈਂਡੇ ਚ ਲਾਉਣਗੇ ਕਿਉਂਕਿ ਮੀਡੀਆ ਆਈਟੀ ਸੈੱਲ ਸੋਸ਼ਲ ਮੀਡੀਆ ਇਹਨਾਂ ਦੇ ਬੰਦੇ ਐਕਟਿਵ ਨੇ ਪਿੰਡਾਂ ਦੇ ਵਿੱਚ ਇਹਨਾਂ ਦੇ ਬੰਦੇ ਐਕਟਿਵ ਨੇ ਉਹ ਚੁੰਝ ਚਰਚਾ ਉਹ ਖੁੰਡ ਚਰਚਾ ਬੈਠ ਕੇ ਧੂਆਂ ਤੇ ਕਰਦੇ ਆ ਉਹ ਸੋਨ ਨੂੰ ਕੀ ਪਤਾ ਇਹ ਤਾਂ ਪੰਤਨਾ ਸੈਟ ਹੈ ਉਹ ਸੋਨ ਨੂੰ ਕੀ ਪਤਾ ਇਹ ਤਾਂ ਬਾਲਾਂ ਨੂੰ ਪੈਸੇ ਲੈ ਕੇ ਆਊਗਾ ਇਹ ਤਾਂ ਉਹ ਉਹਦਾ ਪ੍ਰਚਾਰ ਕਰਦਾ ਫਲਾਨ ਨੂੰ ਤਾਂ ਫਲਾਨੀਆਂ ਬੋਟਾਂ ਤੋੜੂ ਮੈਂ ਕਹਿੰਦਾ ਵੀਰੋ ਕਾਫੀ ਦੋਸਤਾਂ ਨੇ ਮੈਨੂੰ ਇਹ ਰਿਕਵੈਸਟ ਕੀਤੀ ਸੀ ਇਸ ਵੀਡੀਓ ਦੀ ਕਿ ਜਿਹੜਾ ਭਾਣਾ ਸਿੱਧੂ ਹੈ ਉਹਦੇ ਨਾਲ ਬੜਾ ਜ਼ੁਲਮ ਹੋਇਆ ਹੋਇਆ ਹੈ ਭਗਵੰਤ ਮਾਨਸੀਏ ਭਗਵੰਤਬਾਨ ਦੇ ਬਾਰੇ ਕੀਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਦੇ ਬਾਰੇ ਉਹਨੇ ਕੋਈ ਪੋਸਟਰ ਪਾਈਆਂ ਕੋਈ ਸਵਾਲ ਪੁੱਛਿਓ ਦੇ ਕੋ ਤੇ ਇਹਦੀ ਕਿੜਕੜ ਵਾਸਤੇ ਸੀਐਮ ਭਗਵੰਤ ਮਾਨ ਨੇ ਉਹਨੂੰ ਅੰਦਰ ਫੜ ਕੇ ਕਰਵਾ ਦਿੱਤਾ ਹੈ ਉਤੇ ਬੜਾ ਤਸ਼ੱਦਦ ਕੀਤਾ ਗਿਆ ਮਾਰ ਕਟਾਈ ਕੀਤੀ ਗਈ ਹੈ ਠੰਡਾ ਪਾਣੀ ਕੀਤਾ ਗਿਆ ਨੰਗਾ ਕੀਤਾ ਗਿਆ ਵੈ ਉਹਨੇ ਮਾਫੀ ਮੰਗਦਿਆਂ ਨੂੰ ਮਜਬੂਰ ਕੀਤਾ ਗਿਆ ਵੈ ਤੇ ਉਹਨੇ ਮਾਫੀ ਮੰਗੀ ਹੈ ਜੀ ਕਿ ਮੈਂ ਅੱਗੇ ਤੋਂ ਸੀਐਮ ਜਿਹੜਾ ਵੈ ਉਹਦੇ ਖਿਲਾਫ ਕੋਈ ਗੱਲਬਾਤ ਨਹੀਂ ਕਰਾਂਗਾ ਵੀਰੋ ਜਿਹੜੇ ਸਿਆਸਤਦਾਨ ਹੈ ਹੁਣ ਸਿਆਸੀ ਮਾਹੌਲ ਚੱਲਣ ਡਿਆ ਵੈ ਅੱਗੇ ਸਿਆਸੀ ਬੜੇ ਗਰਮ ਹੋਣ ਡਈਏ ਤੇ ਸਿਆਸਤਦਾਨ ਆਪਣੀ ਸੀਟ ਹਾਸਲ ਕਰਨ ਦੇ ਵਾਸਤੇ ਮੈਂ ਕਹਿੰਨਾ ਵੋਟਾਂ ਦੇ ਵਿੱਚ ਤੁਹਾਡੇ ਪੈਰਾਂ ਨੂੰ ਵੀ ਹੱਥ ਲਾਉਣਗੇ ਤੁਹਾਡੇ ਕੋ ਆਣੇ ਕਹਿਣਗੇ ਵਡੇ ਵਡੇ ਵੱਡੇ ਤੁਹਾਡੇ ਨਾਲ ਵਾਅਦੇ ਕਰਨਗੇ ਬੜਾ ਕੁਝ ਕਰਨਗੇ ਵੀਰੋ ਇਹ ਤੁਹਾਡੇ ਕੋਲ ਮੌਕਾ ਹੁੰਦਾ ਜੇ ਆਪਣੀ ਵੋਟ ਨੂੰ ਥੋੜੇ ਜਿਹੇ ਪੈਸੇ ਦੀ ਖਾਤਰ ਕਿਸੇ ਨੂੰ ਨਾ ਦੇ ਦੇਣਾ ਥੋੜੀ ਜੀ ਲਾਲਚ ਦੀ ਖਾਤਰ ਕਿ ਜਨਾਬ ਮੇਰੀ ਫੈਮਲੀ ਦਾ ਕੰਮ ਕਰ ਦਿਓ ਮੇਰੇ ਕਿਸੇ ਬੱਚੇ ਨੂੰ ਲਵਾ ਦਿਓ ਸਾਡੀ ਗਲੀ ਬਣਾ ਦਿਓ ਇਹ 5 ਸਾਲ ਜਦੋਂ ਉਹਨਾਂ ਨੇ ਤੁਹਾਡੇ ਤੇ ਲੱਗ ਜਾਣਾ ਵੇ ਤੇ ਫਿਰ 5 ਸਾਲ ਉਹਨਾਂ ਨੇ ਤੁਹਾਨੂੰ ਰਗੜਾ ਲਾਉਣਾ ਵੇ 5 ਸਾਲ ਉਹਨਾਂ ਨੇ ਤੁਹਾਨੂੰ ਉਹ ਸਬਕ ਦੇਣਾ ਹੈ ਜਿਹੜਾ ਤੁਸੀਂ ਯਾਦ ਰੱਖੋਗੇ ਪੂਰੀ ਜ਼ਿੰਦਗੀ ਇਸ ਕਰਕੇ ਜਿਹੜੀ ਵੋਟ ਹੈ ਆਪਣੀ ਉਹ ਬੜੀ ਸੋਚ ਸਮੇ ਕੇ ਉਸ ਬੰਦੇ ਨੂੰ ਪਾਓ ਜਿਹੜਾ ਬੰਦਾ ਤੁਹਾਨੂੰ ਲੱਗੇ ਕਿ ਬਿਲਕੁਲ ਠੀਕ ਹੈ ਜਿਹੜਾ ਬੰਦਾ 5 ਸਾਲ ਤੁਹਾਡੇ ਕੋ ਵੜਿਆ ਹੀ ਨਹੀਂ ਤੁਹਾਡਾ ਉਹਨੇ ਹਾਲਚਾਲ ਨਹੀਂ ਪੁੱਛਿਆ ਤੁਹਾਡੇ ਉਹਨੇ ਮਸਲੇ ਨਹੀਂ ਹੱਲ ਕੀਤੇ ਤੁਹਾਡੇ ਨਾਲ ਖੜਾ ਹੀ ਨਹੀਂ ਹੋਇਆ ਆਪਣੇ ਉਹਨੇ ਵਾਦੇ ਨਹੀਂ ਪੂਰੇ ਕੀਤੇ ਜਦੋਂ 5 ਸਾਲਾਂ ਬਾਅਦ ਆਣ ਕੇ ਫਿਰ ਵਾਦੇ ਕਰਦਾ ਤੁਸੀਂ ਫਿਰ ਉਹਦੇ ਮਗਰ ਲੱਗ ਪੈਂਦੇ ਐਹੋ ਜਿਹੇ ਬੰਦੇ ਨੂੰ ਕਦੀ ਵੋਟ ਨਾ ਦਿਓ ਵੀਰੋ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਕਿਸੇ ਨੂੰ ਵੋਟ ਨਹੀਂ ਦਿਓਗੇ ਦੂਸਰੇ ਬੰਦੇ ਨੂੰ ਜ਼ਮਾਓਗੇ ਤੇ ਹਰ ਬੰਦੇ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਜਿਹੜੇ ਵਾਅਦੇ ਕਰਨੇ ਉਹਨਾਂ ਨੂੰ ਪੂਰਾ ਕਰਨਾ ਵੈ ਜਦੋਂ ਤੁਸੀਂ ਉਹਨੂੰ ਵੋਟ ਫਿਰ ਦੇ ਦੋਗੇ ਤੇ ਦੂਸਰਾ ਬੰਦਾ ਵੀ ਕਹੇਗਾ ਯਾਰ ਆ ਜੇ ਵਾਅਦੇ ਕਰਕੇ ਚਲਾ ਗਿਆ ਤੈਨੂੰ ਵੋਟ ਮਿਲ ਗਿਆ ਤੇ ਮੈਂ ਵੀ ਕਰ ਦਿੰਦਾ ਇਹ ਫਿਰ ਇਸੇ ਕਰਕੇ ਚੱਲਦੀ ਆਉਣ ਰਹੀ ਹੈ ਇਸੇ ਕਰਕੇ ਭਗਵੰਤ ਮਾਨ ਸਿੰਘ ਵਰਗੇ ਦੂਸਰੇ ਜਿਹੜੇ ਸੀਐਮ ਬਣ ਜਾਂਦੇ ਆ ਉਹ ਭੁੱਲ ਜਾਂਦੇ ਆ ਬੰਦੀ ਸਿੰਘ ਦੇਖੋ ਜੀ ਅੰਦਰ ਹੈਗੇ ਆ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਉੱਤੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਉਸ ਤੋਂ ਇਲਾਵਾ ਸਿੱਖਾਂ ਦੇ ਨਾਲ ਜ਼ੁਲਮ ਜ਼ਿਆਤੀਆਂ ਹੋ ਰਹੀਆਂ ਬਲਕਿ ਸੀਮ ਭਗਵੰਤ ਮਾਨ ਖੁਦ ਕਰਨ ਰਿਆ ਵੇ ਦੇਖੋ ਆਹੜਾ ਮੁਣਾਗਾ ਵੇ ਇੱਥੇ ਕੇਸ ਬਣਿਆ ਵੇ ਇੱਥੇ ਕਿਨੇ ਕਿਨੇ ਕੇਸ ਬਣਾਇਆ ਇੱਥੇ ਕੌਣ ਜੇ ਹੱਥ ਕਰਵਾਉਂਦਾ ਹੈ ਸੀਐਮ ਕਰਵਾ ਰਿਹਾ ਸੀਐਮ ਨੇ ਖੁਦ ਕਿਹਾ ਜੀ ਕਿ ਇਹਦੀ ਬਣਾ ਵੀਡੀਓ ਬਣਾ ਕੇ ਮੈਨੂੰ ਭੇਜੋ ਇੰਨਾ ਜ਼ਿਆਦਾ ਕਿਸੇ ਸੀਐਮ ਨੂੰ ਕਿਸੇ ਵੀ ਆਮ ਵਿਅਕਤੀ ਦੇ ਨਾਲ ਪਰਸਨਲ ਨਹੀਂ ਹੋਣਾ ਚਾਹੀਦਾ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈ ਤੁਹਾਨੂੰ ਸਾਡੀ ਆਈ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਹਿਸਾਬ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣ ਦੀ ਦੁਆਵਾਂ ਯਾਰ ਰਹਿਣਾ ਅੱਲਾਹ ਹਾਫਿਜ਼